ਦੋਸਤੋ ਕੱਲ ਰਾਤੀ ਮੈਂ ਬਾਈ ਭੋਲਾ ਮੂਸੇਵਾਲਾ ਜੀ ਜਾਂ ਕਿਸੇ ਤੋਂ ਮੂਸੇਵਾਲੇ ਦੇ ਪਿਤਾ ਜੀ ਦੀ ਮੈਂ ਵੀਡੀਓ ਦੇਖ ਰਿਹਾ ਸੀਗਾ, ਪਰ ਉਹਨਾਂ ਨੇ ਕਿਹਾ ਸੀ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਦੁਆਰਾ, ਕਿਉਂਕਿ ਉਹਨਾਂ ਦੇ ਘਰ ਸ਼ੋਭਦੀਪ ਨੇ ਜਨਮ ਲਿਆ, ਦੁਬਾਰੇ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਦੁਨੀਆਂ ਦਾ ਚਹੇਤਾ, ਪੰਜਾਬ ਦਾ ਮਾਣ, ਪੰਜਾਬੀ ਦਾ ਰਾਖਾ ਸਿੱਧੂ ਮੂਸੇਵਾਲਾ ਵਾਪਸ ਆਇਆ ਸੀ, ਇਹ ਮੰਨਦੇ ਹਾਂ। ਪਰ ਬੇਹੱਦ ਖੁਸ਼ੀ ਹੈ ਦੁਨੀਆਂ ਦੇ ਵਿੱਚ, ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ, ਪੰਜਾਬੀਅਤ ਦਾ ਔਰ ਪੰਜਾਬ ਦਾ ਨਾਂ ਚੱਕਿਆ ਸੀਗਾ, ਧੁੰਮਾਂ ਪਾਤੀਆਂ ਸੀ ਦੁਨੀਆਂ ਵਿੱਚ। ਲੇਕਿਨ ਕੁੱਝ ਲੋਕਾਂ ਨੂੰ ਇਹ ਹਜਮ ਨਹੀਂ ਹੋਇਆ ਸੀ, ਕਿਉਂਕਿ ਉਹ ਸਰਕਾਰਾਂ ਦੇ ਖਿਲਾਫ਼ ਵੀ ਬਹੁਤ ਕੁਛ ਕਹਿ ਦਿੰਦੇ ਸਨ, ਜੋ ਮਨ 'ਚ ਚਿੱਤ 'ਚ ਆਉਂਦਾ ਸੀ, ਚਾਹੇ ਕੋਈ SYL ਦਾ ਮੁੱਦਾ ਸੀ, ਚਾਹੇ ਬਹੁਤ ਸਾਰੇ ਮੁੱਦੇ ਕਿ ਆਪਦੀ ਗਾਣਿਆਂ ਦੇ ਰਾਹੀਂ ਬੇਬਾਕ ਸੀ, ਉਹਨਾਂ ਨੇ ਆਪਦਾ ਪ੍ਰਤੀਕਰਮ ਦਿੱਤਾ ਬੇਬਾਕੀ ਦੇ ਨਾਲ। ਲੇਕਿਨ ਤੁਹਾਨੂੰ ਪਤਾ ਹੈ ਕਿ ਚੜ੍ਹਦੇ ਜਿਹੜੇ ਸੂਰਜ ਹੁੰਦੇ ਹੈ ਉਹ ਸਰਕਾਰਾਂ ਨੂੰ ਤੇ ਲੋਕਾਂ ਨੂੰ ਭਾਉਂਦੇ ਨਹੀਂ ਹੈ। ਬੜਾ ਪਿਆਰਾ ਸੱਜਣ ਸੀ, ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨ ਕੌਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ, ਇਹ ਵੀ ਇੱਕ ਨਾਓ ਰੋਲ ਮਾਡਲ ਬਣ ਗਏ ਨੇ ਦੁਨੀਆਂ ਦੇ ਅੰਦਰ, ਕਿ ਦਲੇਰੀ ਦੇ ਨਾਲ, ਦ੍ਰਿੜਤਾ ਦੇ ਨਾਲ ਫਿਰ ਤਕੜੇ ਹੋ ਕੇ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਇਹ ਕਾਰਜ ਸਿਰੇ ਚੜਾਇਆ, ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ। ਉਹ ਡੇਲੀ ਮਰ ਰਹੇ ਸਨ, ਡੇਲੀ ਉਹ ਮੇਰਾ ਖਿਆਲ ਰੱਬ ਨੂੰ ਕੋਸਦੇ ਹੋਣੇ, ਉਡੀਕਦੇ ਹੋਣੇ ਆ ਵੀ ਰੱਬਾ ਸਾਨੂੰ ਲੈ ਜਾਂਦਾ, ਸਾਡਾ ਪੁੱਤ ਕਿਉਂ ਲੈ ਜਾਂਦਾ। ਮੈਨੂੰ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸਿਹਰੇ ਬੰਨੇ, ਸਾਡੇ ਭੈਣ ਜੀ ਹੋਰਾਂ ਨੇ, ਚਰਨ ਕੌਰ ਜੀ ਨੇ, ਸਿੱਧੂ ਦੇ ਮਾਤਾ ਜੀ ਨੇ ਸਿਹਰੇ ਰੱਖੇ। ਉਹ ਮੈਨੂੰ ਸ਼ਬਦ ਯਾਦ ਆਇਆ, ਚੁੰਮ ਚੁੰਮ ਰੱਖਾਂ ਨੀ ਮੈਂ ਕਲਗੀ ਜੁਝਾਰ ਦੀ, ਯਾਦ ਹੋਣਾ ਹੈ ਸਾਡੇ ਗੁਰੂਆਂ ਦਾ। ਉਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ 'ਚੋਂ ਪਾਣੀ ਆ ਜਾਂਦੇ ਹੈ, ਕਿ ਮਾਵਾਂ ਨੂੰ ਕਿੰਨੀ ਆਸ ਹੁੰਦੀ ਆਪਦੇ ਪੁੱਤਾਂ ਦੀ ਕਿ ਮੈਂ ਇਹਦੇ ਕਲਗੀ ਲਾਊਂਗੀ ਤੇ ਇਹਦੇ ਸਿਹਰੇ ਬੰਨੂਗੀ। ਸੋ ਜਿਹੜਾ ਰਵੱਈਆ ਕਹਿੰਦੇ ਕਿ ਹੁਣੇ ਸਾਨੂੰ ਦੱਸੋ IVF ਵਾਲਾ ਸਰਟੀਫਿਕੇਟ ਦਿਓ, ਤੁਸੀਂ ਉਲੰਘਣਾ ਕੀਤੀ ਹੈ ਨਿਯਮਾਂ ਦੀ, ਉਹ ਸ਼ਰਮ ਕਰੋ ਪੰਜਾਬ ਸਰਕਾਰ, ਸ਼ਰਮ ਕਰੋ ਮੁੱਖ ਮੰਤਰੀ ਸਾਹਿਬ। ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ? ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਕੁਛ। ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਹਾਂ, ਕੋਈ ਸਮਾਂ ਹੁੰਦਾ ਹੈ ਜੇ ਪੁੱਛ ਪੜਤਾਲ ਵੀ ਕਰਨੀ ਹੈ, ਕੋਈ ਮਹੀਨਾ ਦੋ ਮਹੀਨੇ ਨੂੰ ਕਰ ਲਿਓ। ਔਰ ਮੈਂ ਕਹਿੰਦਾ ਭੋਲਿਆ ਮੂਸੇਵਾਲਾ ਜੀ ਨੂੰ, ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ, ਉਹ ਇੱਕ ਫੌਜੀ ਵਿਅਕਤੀ ਹੈ, ਉਹਨੇ ਬਾਰਡਰ ਤੇ ਸੇਵਾ ਕੀਤੀ ਹੈ। ਠੀਕ ਹੈ, ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ, ਤਾਂ ਤੁਹਾਨੂੰ ਉਹ ਗੱਲ ਭਾਉਂਦੀ ਨਹੀਂ ਹੈ। ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਭਾਜਪਾ ਦੇ ਖਿਲਾਫ ਬੋਲਦਾ ਹੈ, ਉਹ ਗੈਂਗਸਟਰਾਂ ਦੀ ਇੰਟਰਵਿਊਆਂ ਤੇ ਸਵਾਲ ਚੱਕਦਾ ਹੈ, ਇਹਦਾ ਮਤਲਬ ਇਹ ਨਹੀਂ ਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਤੇ ਇਹਨੂੰ ਉਲਝਾ ਲਓ ਤੇ ਇਹਨੂੰ ਦੱਬ ਲਓ। ਨਾ ਉਹ ਦੱਬਿਆ, ਨਾ ਕਦੇ ਦੱਬਣਾ, ਨਾ ਦੁਨੀਆਂ ਨੇ ਦੱਬਣ ਦੇਣਾ। ਸੋ ਇਹ ਗਲਤ ਰਿਵਾਜ ਨਾ ਪਾਓ। ਪਰ ਹਾਂ, ਤੁਸੀਂ ਕਾਇਦੇ ਕਾਨੂੰਨ ਵੀ ਵੇਖਣੇ ਹੋਏ, ਉਹਦਾ ਸਮਾਂ ਆਜੂਗਾ, ਦੋ ਮਹੀਨੇ ਨੂੰ ਵੇਖ ਲਿਓ, ਤੁਹਾਨੂੰ ਦਿਖਾ ਦੇਗਾ। ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ, ਜਲੀਲ ਨਾ ਕਰੋ, ਉਹਨਾਂ ਦੀ ਖੁਸ਼ੀ ਦੇ ਵਿੱਚ ਖਲਲ ਨਾ ਪਾਓ। ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਾਹਿਬਾਨ ਨੇ, ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਕਿ ਮਾੜਾ ਮੋਟਾ ਦਾ ਲਿਹਾਜ਼ ਕਰੋ ਯਾਰ।
ਜੇ ਕਿਸੇ ਦਾ ਤੁਹਾਡੇ ਤੇ ਦਬਾਅ ਹੈ ਕਮ ਸੇ ਕਮ ਇਹ ਕਹਿ ਦਿਓ ਜੀ ਅਸੀਂ ਜਾਏ ਨਾ ਜਾਓ। ਕੋਈ ਰੱਬ ਨੂੰ ਜਾਣ ਦੇਣੀ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜਿਹੀ ਘਟਨਾ ਵਾਪਰ ਸਕਦੀ। ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦਿਆਂਗੇ। ਪਰ ਪੂਰੀ ਦੁਨੀਆਂ ਦੇ ਬੈਠੇ ਪੰਜਾਬੀਆਂ ਨੇ ਤੁਹਾਡੀਆਂ ਸਰਕਾਰਾਂ ਪਲਟਾ ਪਲਟਾ ਕੇ ਪਾਸੇ ਮਾਰਨੀਆਂ, ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਹੋਵੇ। ਔਰ ਇੰਨਾ ਹੀ ਮੈਂ ਕਹਿੰਦਾ ਅਸੀਂ ਭੋਲੇ ਬਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਔਰ ਅਸੀਂ ਜਾਨ ਲਾ ਦਿਆਂਗੇ, ਲੇਕਿਨ ਉਹਨਾਂ ਦੇ ਪਰਿਵਾਰ ਨੂੰ ਆਂਚ ਨਹੀਂ ਆਉਣ ਦਿਆਂਗੇ। ਬਸ ਇੰਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਕੜੇ ਰਹੋ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਆਪਾਂ ਹਿੱਕ ਠੋਕ ਕੇ ਸਭ ਕੁਝ ਭੁੱਲ ਭੁਲਾ ਕੇ ਉਸ ਪਰਿਵਾਰ ਦਾ ਸਾਥ ਦੇ